ਡੀਐਨ ਦੀ ਸਿਵਲ ਲਾਈਨ ਲੁਧਿਆਣਾ ਦੀ ਬ੍ਰਾਂਚ ਓਵਰਆਲ ਸਾਰੀਆਂ ਬ੍ਰਾਂਚਾਂ ਤੋਂ ਸਭ ਤੋਂ ਵਧੀਆ ਸੁਚਾਰੂ ਢੰਗ ਦੇ ਨਾਲ ਅਮਰਨਾਥ ਯਾਤਰਾ ਦਾ ਕੰਮ ਕਰਦੇ। ਅਸੀਂ ਹਰ ਸਾਲ ਇੱਥੋਂ ਰਜਿਸਟ੍ਰੇਸ਼ਨ ਕਰਵਾਈ ਦੀ ਹੈ, ਪਰ ਅੱਜ ਪਬਲਿਕ ਦੀ ਕਿਸੇ ਨੇ ਲੈ ਕੇ ਅਤੇ ਉਹਦੀ ਇਨਪੇਸ਼ੈਂਸ ਮਿਸਬਿਹੇਵੀਅਰ ਕਾਰਨ ਸਾਰੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ। ਚੰਗੀ KYC ਹੋ ਰਹੀ ਸੀ, ਚੰਗੀ ਤਰ੍ਹਾਂ ਮਤਲਬ ਸਾਰਾ ਸਿਸਟਮ ਦੇ ਨਾਲ ਚੱਲ ਰਹੀ ਸੀ। ਇੱਕ ਬੰਦੇ ਦੀ ਮਤਲਬ ਪੇਸ਼ੈਂਸ ਲੂਜ਼ ਹੋ ਗਈ, ਉਹਨੇ ਦਰਵਾਜ਼ੇ 'ਚ ਧੱਕਾ ਮਾਰ ਕੇ ਇੱਕ ਦੂਜੇ ਨੂੰ ਲੜਨ ਲੱਗ ਗਏ ਵੀ ਮੈਨੂੰ ਪਹਿਲਾਂ ਜਾਣ ਦਿਓ, ਜਦਕਿ ਉਹਦੀ ਮੰਮੀ ਉਹਨਾਂ ਦੇ ਵਿਟਨੈਸ ਸੀਗੇ, ਆਈ ਵਿਟਨੈਸ ਸੀਗੇ ਵੀ ਉਹਨਾਂ ਦੀ ਵਾਰੀ ਆ ਗਈ ਸੀ ਵੀ ਉਹਦਾ ਆ ਰਹੀ ਸੀ ਵੀ ਮੈਨੂੰ ਵੀ ਨਾਲ ਕਰ ਦਿਓ। ਕਹਿੰਦੇ ਵਾਰੀ ਸਰ ਆ ਲੈ ਲਓ, ਫਿਰ ਉਸ ਤੋਂ ਬਾਅਦ ਹੋ ਜਾਏਗਾ ਤੁਹਾਡਾ ਕੰਮ। ਬਸ ਇੰਨੇ ਵਿੱਚ ਉਹ ਲੜਾਈ ਇੱਕ ਦੂਜੇ ਨੂੰ ਮਾਰੋ ਮਾਰ ਕਰਨ ਲੱਗ ਗਏ ਹੈਗੇ। ਉਹਦੇ ਕਰਕੇ ਬੈਂਕ ਦਾ ਸਾਰਾ ਸਿਸਟਮ ਹੋ ਗਿਆ, ਉਹਨਾਂ ਨੇ ਸਾਰੀ ਪਬਲਿਕ ਨੂੰ ਬਾਹਰ ਕੱਢਤਾ। ਜਿਹੜੀ ਸਵੇਰ ਤੋਂ ਲੇਡੀਜ਼ 10 ਵਜੇ ਦੇ ਆਏ ਹੋਏ ਸੀ ਉਹਨਾਂ ਨੂੰ ਕਾਫੀ ਹਰਾਸਮੈਂਟ ਹੋਏ ਆ, ਸਾਰਿਆਂ ਨੂੰ ਬਾਹਰ ਕੱਢਤਾ। ਕਿੰਨੇ ਕੁ ਬੰਦੇ ਖੜੇ? 150 ਬੰਦੇ ਦੇ ਤਕਰੀਬਨ ਕੋਲ ਖੜੇ ਸੀਗੇ। ਕਿੰਨੇ ਕੁ ਦਾ ਟਾਈਮ ਸੀ ਇਹ? ਤਕਰੀਬਨ ਆਪਣਾ 3:30 ਵਜੇ ਦਾ ਟਾਈਮ ਸੀ, 3:30-4 ਵਜੇ ਦਾ। ਬੈਂਕ ਵਾਲਿਆਂ ਨਾਲ ਗੱਲਬਾਤ ਕੀਤੀ, ਉਹਨਾਂ ਨੇ ਕੀ ਕਿਹਾ? ਬੈਂਕ ਵਾਲੇ ਤਾਂ ਆਪਣੀ ਤਰੀਕੇ ਨਾਲ ਸਭ ਤੋਂ ਵਧੀਆ ਕੰਮ ਕਰ ਰਹੇ ਸੀ, ਪਰ ਪਬਲਿਕ ਦੀ ਲਾਪਰਵਾਹੀ, ਪਬਲਿਕ ਦੀ ਨਲਾਇਕੀ ਦੇ ਕਾਰਨ ਇਹ ਕੰਮ ਸਾਰਾ ਹੋਇਆ ਖਰਾਬ। ਕਿਸੇ ਇੱਕ ਦੇ ਕਾਰਨ ਸਾਰਿਆਂ ਨੂੰ ਸਫ਼ਰ ਕਰਨਾ ਪੈ ਰਿਹਾ। ਹੁਣ ਬੈਂਕ ਵਾਲੇ ਕਹਿ ਰਹੇ ਆ ਵੀ ਆਪਾਂ ਪਰਸੋਂ ਨੂੰ KYC ਕਰਾਵਾਂਗੇ। ਸਾਡੇ 'ਚੋਂ ਕਈ ਭਰਾ ਜਿਨ੍ਹਾਂ ਨੇ ਕੱਲ੍ਹ ਕਿਤੇ ਆਊਟ ਆਫ ਸਟੇਟ ਜਾਣਾ, ਗੱਡੀ ਦੀਆਂ ਟ੍ਰੇਨ ਬੁੱਕ ਹੈਗੀ ਹੈ, ਟਿਕਟ ਵਗੈਰਾ ਬੁੱਕ ਹੈਗੀ ਹੈ, ਸਾਰਿਆਂ ਨੂੰ ਅਸੀਂ ਕਹਿੰਦੇ ਵੀ ਨਾ ਵੀ ਬੈਂਕ ਨੂੰ, ਬੈਂਕ ਦੇ ਅੱਗੇ ਗੁਜ਼ਾਰਿਸ਼ ਹੈ ਵੀ ਕੰਮ ਫਿਰ ਸੁਚਾਰੂ ਢੰਗ ਨਾਲ ਸ਼ੁਰੂ ਕੀਤਾ ਜਾਵੇ। ਹਰਾਸ ਵੀ ਹੋ ਰਹੇ? ਬਹੁਤ ਹਰਾਸ ਹੋ ਰਹੀ ਹੈ, ਪਬਲਿਕ ਹਰਾਸ ਹੋ ਰਹੀ ਹੈਗੀ। ਕਦੋਂ ਦੀ ਤੁਹਾਡੀ ਉੱਥੇ ਯਾਤਰਾ ਦਾ ਟਾਈਮ? ਯਾਤਰਾ ਦਾ 29 ਜੂਨ ਤੋਂ ਸ਼ੁਰੂ ਹੋ ਰਹੀ ਹੈ, ਉਦਾਂ ਸਿਸਟਮ ਦੇ ਨਾਲ ਬ੍ਰਾਂਚ ਸਾਰਾ ਸਿਸਟਮ ਦੇ ਨਾਲ ਕੰਮ ਕਰ ਰਹੀ ਸੀ, ਬਸ ਪਰ ਪਬਲਿਕ ਦੀ ਨਲਾਇਕੀ ਦੇ ਕਾਰਨ ਕੰਮ ਸਾਰਿਆਂ ਨੂੰ ਸਫ਼ਰ ਕਰਨਾ ਪੈ ਰਿਹਾ। ਮੰਗ ਇਹੀ ਕਰ ਰਹੇ ਵੀ ਰਜਿਸਟ੍ਰੇਸ਼ਨ ਆ ਦੁਬਾਰਾ ਸ਼ੁਰੂ ਕੀਤੀ ਜਾਵੇ, ਪ੍ਰੋਸੈਸ ਕੱਲ੍ਹ ਤੋਂ ਹੀ ਸ਼ੁਰੂ ਕੀਤਾ ਜਾਵੇ ਵੀ ਜਿਹੜੇ ਹੁਣ ਖੜੇ ਆ ਉਹਨਾਂ ਦੀ KYC ਕਰਵਾਈ ਜਾਵੇ। ਠੀਕ ਹੈ ਸਰ। ਯਾਤਰਾ ਦਾ ਪੰਜੀਕਰਨ ਕਰਾਉਣ ਵਾਸਤੇ ਅਸੀਂ ਆਏ ਸੀ, ਮੇਰਾ ਨਾਮ ਵਰੁਣ ਧਵਨ ਹੈ, ਅਸੀਂ ਹਰ ਸਾਲ ਜਾਂਦੇ ਹਾਂ ਭੋਲੇ ਨਾਥ ਦੀ ਕਿਰਪਾ ਦੇ ਨਾਲ। ਹੁਣ ਦੇਖੋ ਅਸੀਂ, ਮੈਂ ਜਗਰਾਓਂ ਸੀਗਾ, ਮੈਂ ਜਗਰਾਓਂ ਤੋਂ ਭਾਜੀ ਵਾਪਸ ਆਇਆ। ਠੀਕ ਹੈ, ਮੇਰੇ 10 ਬੰਦਿਆਂ ਦੇ ਹੋ ਗਏ, ਮੇਰੇ 2 ਜਣਿਆਂ ਦੇ ਰਹਿ ਗਏ, ਹੁਣ ਅਸੀਂ ਗਰੁੱਪ ਥੋੜ੍ਹੀ ਅਲੱਗ ਕਰਾਂਗੇ। ਦੱਸੋ, ਲੜਾਈ ਝਗੜਾ ਹੋ ਰਿਹਾ ਸੀ, ਜਿਨ੍ਹਾਂ ਦਾ ਕਸੂਰ ਹੈ ਉਹਨਾਂ ਨੂੰ ਬਾਹਰ ਕੱਢਤਾ ਵਾ। ਹੁਣ ਦੇਖੋ ਬੈਂਕ ਦੀ ਡਿਊਟੀ ਹੈ, ਇਹਨਾਂ ਨੇ 2 ਘੰਟੇ ਇੱਦਾਂ ਹੀ ਖਰਾਬ ਕਰ ਦਿੱਤੇ। ਅਸੀਂ ਹੁਣ ਕਹਿੰਦੇ ਪਰਸੋਂ ਆਓ ਤੁਸੀਂ। ਕੀ ਹੋਇਆ, ਕਿਸੇ ਕੋਲ ਕੁਝ ਪਤਾ ਲੱਗਿਆ? ਕੋਈ ਬੈਂਸ ਬੂੰਸ ਮੰਡੀ ਜੀ ਬਰਦਰ ਹੋਈ ਹੈ। ਫਾਰਮ ਨੂੰ ਲੈ ਕੇ ਹੋਈ ਸੀ? ਫਾਰਮ ਨੂੰ ਕੋਈ ਕਹਿੰਦਾ ਸੀ ਮੈਂ ਜਾਣਾ ਹੈ, ਕੋਈ ਕਹਿੰਦਾ ਦੂਸਰਾ, ਬਸ ਇਹੀ ਗੱਲ ਹੋਈ ਹੈ। ਉਹ ਤਾਂ ਲੜਾਈ ਝਗੜਾ ਹੋਇਆ ਸੀਗਾ, ਨਿਪਟ ਗਿਆ ਸੀਗਾ। ਉਸ ਤੋਂ ਬਾਅਦ ਸਾਰੇ ਹਾਈਪਰ ਜ਼ਿਆਦਾ ਹੋ ਗਏ ਸੀ ਬੈਂਕ ਵਾਲੇ ਥੋੜ੍ਹਾ। ਹੁਣ ਦੇਖੋ ਸਾਡਾ ਕੀ ਕਸੂਰ ਹੈ, ਪਬਲਿਕ ਦੇਖੋ, ਲੇਡੀਜ਼ ਕੈਮਰੇ, ਸ਼ਰਧਾਲੂ ਇੱਥੇ ਖੜੇ ਹੋਏ ਸੀ। ਸ਼ਰਧਾਲੂ ਸੀਗਾ ਉਸ ਟਾਈਮ, 150 ਸ਼ਰਧਾਲੂ ਖੜਾ ਸੀ। ਦੋ ਬੰਦਿਆਂ ਕਾਰਨ ਜਿਹੜਾ ਬੈਂਕ ਫੇਰ ਉਹ ਬੈਂਕ ਸਾਰੀ, ਤੁਸੀਂ ਉਹਨਾਂ ਨੂੰ ਕਿਹਾ ਕਿ ਆ ਵੀ ਫਾਰਮ ਦੇ ਦਿਓ, ਤਾਂ ਉਹ ਕੀ ਕਹਿੰਦੇ? ਫਾਰਮ ਮੇਰੀ ਆ, ਰਸੀਦ ਮੇਰੇ ਕੋਲ ਹੈ ਜੀ, ਆ ਦੇਖੋ। ਅੱਛਾ ਸਰ, ਮੇਰੇ ਕੋਲ ਰਸੀਦ ਮੇਰੇ ਕੋਲ ਹੈ, ਤੇ ਹੁਣ ਕਹਿ ਕੀ ਰਹੇ? ਮੈਂ ਪੇਮੈਂਟ, ਦੇਖੋ ਮੈਂ ਪੇਮੈਂਟ ਜਮ੍ਹਾਂ ਕਰਾਈ ਹੈ, ਆ ਦੇਖੋ ਸਰ, ਪੇਮੈਂਟ ਜਮ੍ਹਾਂ ਕਰਾਈ ਹੈ, ਮੇਰੇ ਫਾਰਮ, ਮੇਰਾ ਥੰਮ ਲੱਗਣਾ ਵਾ, ਸਿਰਫ ਇੰਨਾ ਕੁ ਕੰਮ ਹੈ। ਮੈਨੂੰ ਡੇਟ ਸੇਮ ਮਿਲੇਗੀ ਨਾ? ਹਾਂਜੀ ਹਾਂਜੀ, KYC। ਤੇ ਉਹਨੇ ਫਿਰ ਬੈਂਕ ਵਾਲੇ ਕੀ ਕਹਿੰਦੇ? ਬੈਂਕ ਵਾਲੇ ਕਹਿੰਦੇ ਬਾਹਰ ਕੱਢਤਾ ਸਰ, ਉਸ ਟਾਈਮ ਉਹਨਾਂ ਨੇ, ਅਸੀਂ ਉਹਨਾਂ ਨੂੰ ਕੀ ਕਹੀਏ ਬੈਂਕ ਵਾਲਿਆਂ ਨੂੰ, ਦੱਸੋ ਹੁਣ ਤੁਹਾਡੇ ਕਿੰਨੇ? ਅਸੀਂ ਉਹਨਾਂ ਨੂੰ ਕਾਲ ਕੀਤੀ ਸੀ, ਪੁਲਿਸ ਨੂੰ ਬੜਾ, ਉਹਨਾਂ ਨੇ 1 ਘੰਟੇ ਬਾਅਦ ਪੁਲਿਸ ਨੂੰ ਕਾਲ ਕੀਤੀ ਤੇ ਪੁਲਿਸ 1 ਘੰਟੇ ਬਾਅਦ ਆਈ ਗਿਆ। ਤੇ ਹੁਣ ਤੁਹਾਨੂੰ ਕੀ ਕਹਿ ਰਹੇ? ਹੁਣ ਦੇਖੋ ਇਹੀ ਕਹਿ ਰਹੇ ਕਿ ਪਰਸੋਂ 12 ਵਜੇ ਆਈ ਹੋ ਜੀ, ਸਾਡਾ ਕੀ ਕਸੂਰ ਹੈ ਜੀ? ਹਾਂਜੀ, ਧੱਕਾ ਹੀ ਕਰ ਰਹੇ ਸਾਡੇ ਨਾਲ, ਹੋ ਕੀ ਕਰ ਰਹੇ ਆ ਜੀ? ਪਹਿਲਾਂ ਵੀ ਮਾਮਲੇ ਆਏ ਸੀਗੇ ਕਿ ਆਵੀ ਕੰਮ ਵਗੈਰਾ ਸਟਾਫ ਨਹੀਂ ਚਾਹੀਦਾ ਕਰ ਰਿਹਾ। ਨਹੀਂ ਨਹੀਂ, ਸਟਾਫ ਕੰਮ ਕਰ ਰਿਹਾ ਸੀਗਾ, ਸਟਾਫ ਦਾ ਕੋਈ ਕਸੂਰ ਨਹੀਂ ਹੈ। ਦੇਖੋ ਉਹ ਵੀ ਡਰਦੇ ਸੀਗੇ, ਉਹ ਵੀ ਆਪਣੀ ਸੇਫਟੀ ਚਾਹੁੰਦੇ ਸੀਗੇ, ਸਿਕਿਉਰਟੀ ਉਹਨਾਂ ਨੂੰ ਵੀ ਮਿਲਣੀ ਚਾਹੀਦੀ। ਉਹ ਕਹਿੰਦੇ ਸੀ 15 ਬੱਚੀਆਂ ਵੀ ਹੈਗੀਆਂ, ਬਜ਼ੁਰਗ ਵੀ ਹੈਗੇ ਨੇ, ਉਹਨਾਂ ਨੂੰ ਵੀ ਸੇਫਟੀ ਚਾਹੀਦੀ ਹੈ ਨਾ ਕੋਈ। ਇਹ ਬੈਂਕ ਨੂੰ ਚਾਹੀਦਾ ਕਿ ਪੁਲਿਸ ਨੂੰ ਕਹਿ ਕੇ ਆਪਣੇ 2 ਸਿਕਿਉਰਟੀ ਵਾਲੇ ਪੁਲਿਸ ਨੂੰ ਅਰੇਂਜਮੈਂਟ ਕਰਾਉਣੇ ਚਾਹੀਦੇ। ਮੰਗ ਹੀ ਕਰਦੇ ਆ, ਜਿਹੜੇ ਬਾਹਰ ਖੜੇ ਆ ਸਰ ਉਹਨਾਂ ਦਾ ਹੱਲ ਕਰਾਓ, ਸਾਡੀ ਰਿਕੁਐਸਟ ਹੈਗੀ ਆ ਵੀ ਉਹਨਾਂ ਦੀ KYC ਕਰਵਾਈ ਜਾਵੇ। ਕਹਿ ਕੇ ਤੁਸੀਂ ਕਿਹੜੇ ਬੈਂਕ ਚ ਆਏ? ਅਸੀਂ ਦੇਖੋ ਜੀ, PNB ਸਿਵਲ ਲਾਈਨ, ਕਿਹੜੀ ਜਗ੍ਹਾ? ਕਲਾਸ ਚੌਂਕ। ਕਲਾਸ ਚੌਂਕ ਜੀ, ਆਪਾਂ ਜਿਹੜੇ ਵਿੱਚ, ਅੱਛਾ, ਅਮਰਨਾਥ ਯਾਤਰਾ ਤੇ ਜਾਣ ਵਾਸਤੇ ਜੀ
ਜਿੱਦਾਂ ਲੈਣ ਲੱਗਦੀ ਆ ਕੋਈ ਕਹਿੰਦਾ ਹਾਂ ਮੈਂ ਅੱਗੇ ਮੋਹਰੇ ਅੱਗੇ ਮੋਹਰੇ ਪਿੱਛੇ ਕਰਦੇ ਕਰਦੇ ਉਸ ਹਿਸਾਬ ਨਾਲ ਆਪਸ ਵਿੱਚ ਉੱਥੋਂ ਮੈਂ ਲੜਾਈ ਝਗੜਾ ਵੀ ਹੋਇਆ ਜੀ ਹੱਥੋਂ ਪਾਈ ਨਹੀਂ ਲੜਾਈ ਕਰਦਾ ਹੱਥੋਂ ਪਾਈ ਨਹੀਂ ਮਾੜੇ ਮੋਟੇ ਕਹਿੰਦੇ ਇਕੱਠ ਵਗੈਰਾ ਵਾਧੂ ਹੋ ਗਿਆ ਸੀਗਾ ਇਕੱਠ ਫਿਰ ਸਾਰੇ ਉਹੀ ਨੇ ਟਿਕਟਾਂ ਵੀ ਟਿਕਟਾਂ ਦੇ ਮਨ ਲੱਗ ਜਾਂਦਾ ਅੱਛਾ ਕਿਹੜੇ ਬੈਂਕ ਦੇ ਵਿੱਚ ਹੋਇਆ ਪੰਜਾਬ ਨੈਸ਼ਨਲ ਪੰਜਾਬ ਕਿਹੜੀ ਜਗ੍ਹਾ 'ਤੇ ਹੈਗਾ ਇਹ ਆਪਣੇ ਕਲਾਸ ਸੈਸ਼ਨ ਤੋਂ ਕਲਾਸ ਤੋਂ ਠੀਕ ਹੈ ਹੁਣ ਸੁਲਝ ਗਿਆ ਭਾਅ ਜੀ ਭੇਜ ਤੇ ਸਮਝਾ ਕੇ ਹਾਂਜੀ ਠੀਕ ਅੰਦਰ ਤੋਂ ਬੈਂਕ ਸਟਾਫ ਵੀ ਹੈ